ਬੱਚਿਓ, ਅੱਜ ਅਸੀਂ ਜਮਾਤ ਦੂਜੀ ਵਿਸ਼ਾ ਗਣਿਤ ਦੇ ਵਿੱਚ ਅਭਿਆਸ ਸ਼ੀਟ ਨੰਬਰ 4 ਦੇ ਸਵਾਲ 5 ਤੋਂ 8 ਤੱਕ ਕਰਾਂਗੇ। ਪੰਜਵਾਂ ਪ੍ਰਸ਼ਨ, 3 × 8 ਬਰਾਬਰ 24 ਲੱਭਣ ਦਾ ਦੂਜਾ ਤਰੀਕਾ ਦੱਸੋ। ਆਓ ਬੱਚਿਓ, ਇਸ ਸਵਾਲ ਨੂੰ ਹੱਲ ਕਰਦੇ ਹਾਂ। 3 × 8, 8 × 8 × 8। ਹੁਣ ਹੇਠਾਂ ਦਿੱਤੇ ਵਿਕਲਪਾਂ ਵਿੱਚੋਂ ਇਹ ਉੱਤਰ ਲੱਭਦੇ ਹਾਂ। ਊੜਾ ਵਿਕਲਪ 8 × 8 × 8, ਇਹ ਸਾਡੇ ਉੱਤਰ ਦੇ ਮੁਤਾਬਕ ਬਿਲਕੁਲ ਸਹੀ ਵਿਕਲਪ ਹੈ, ਇਸ ਲਈ ਅਸੀਂ ਊੜੇ 'ਤੇ ਠੀਕ ਦਾ ਨਿਸ਼ਾਨ ਲਗਾ ਦਾਂਗੇ। ਐੜਾ ਵਿਕਲਪ 3 × 3 × 3 × 3 × 3, ਇਹ ਸਾਡੇ ਉੱਤਰ ਦੇ ਮੁਤਾਬਕ ਸਹੀ ਵਿਕਲਪ ਨਹੀਂ ਹੈ। ਈੜੀ ਵਿਕਲਪ 8 × 3, ਇਹ ਵੀ ਸਾਡੇ ਉੱਤਰ ਦੇ ਮੁਤਾਬਕ ਸਹੀ ਵਿਕਲਪ ਨਹੀਂ ਹੈ। ਸੱਸਾ ਵਿਕਲਪ 3 × 3 × 3, ਬੱਚਿਓ, ਇਹ ਵੀ ਸਾਡੇ ਉੱਤਰ ਦੇ ਮੁਤਾਬਕ ਸਹੀ ਵਿਕਲਪ ਨਹੀਂ ਹੈ। 6ਵਾਂ ਪ੍ਰਸ਼ਨ, 20 ਰੁਪਏ ਦੇ ਨੋਟ ਦਾ ਮੁੱਲ ਹੈ 10 ਰੁਪਏ, 5 ਰੁਪਏ, 1 ਰੁਪਏ, 2 ਰੁਪਏ, ਡੈਸ਼, ਤਾਂ ਇਸ ਖਾਲੀ ਥਾਂ ਵਿੱਚ ਕੀ ਆਏਗਾ? 10, 5, 15, 15 ਤੇ 1, 16, 16 ਤੇ 2, 18, 18 ਤੇ 2, 20। ਤੇ ਆਓ ਹੁਣ ਹੇਠਾਂ ਦਿੱਤੇ ਵਿਕਲਪਾਂ ਵਿੱਚੋਂ ਆਪਣਾ ਉੱਤਰ ਲੱਭਦੇ ਹਾਂ। ਊੜਾ ਵਿਕਲਪ 10 ਰੁਪਏ, ਇਹ ਸਾਡੇ ਉੱਤਰ ਮੁਤਾਬਕ ਸਹੀ ਵਿਕਲਪ ਨਹੀਂ ਹੈ। ਐੜਾ ਵਿਕਲਪ 5 ਰੁਪਏ, ਇਹ ਵੀ ਸਾਡੇ ਉੱਤਰ ਮੁਤਾਬਕ ਸਹੀ ਵਿਕਲਪ ਨਹੀਂ ਹੈ। ਈੜੀ ਵਿਕਲਪ 1 ਰੁਪਿਆ, ਇਹ ਵੀ ਸਾਡੇ ਉੱਤਰ ਮੁਤਾਬਕ ਸਹੀ ਵਿਕਲਪ ਨਹੀਂ ਹੈ। ਸੱਸਾ ਵਿਕਲਪ 2 ਰੁਪਏ, ਸਾਡੇ ਉੱਤਰ ਮੁਤਾਬਕ ਇਹ ਬਿਲਕੁਲ ਸਹੀ ਵਿਕਲਪ ਹੈ, ਅਸੀਂ ਸੱਸੇ 'ਤੇ ਸਹੀ ਦਾ ਨਿਸ਼ਾਨ ਲਗਾ ਦਾਂਗੇ। 7ਵਾਂ ਪ੍ਰਸ਼ਨ, ਹੇਠਾਂ ਦਿੱਤੀ ਕਿਹੜੀ ਆਕ੍ਰਿਤੀ ਵਿੱਚ ਕੋਈ ਸਿੱਧੀ ਰੇਖਾ ਨਹੀਂ ਹੈ? ਬੱਚਿਓ, ਸਭ ਤੋਂ ਪਹਿਲਾਂ ਅਸੀਂ ਊੜਾ ਵਿਕਲਪ ਲੈਂਦੇ ਹਾਂ। 10 ਰੁਪਏ ਦਾ ਨੋਟ ਆਇਤ ਦੀ ਆਕ੍ਰਿਤੀ ਵਰਗਾ ਹੈ। ਇਸ ਆਕ੍ਰਿਤੀ ਵਿੱਚ ਸਾਰੀਆਂ ਰੇਖਾਵਾਂ ਸਿੱਧੀਆਂ ਹਨ, ਇਸ ਲਈ ਊੜਾ ਵਿਕਲਪ ਸਹੀ ਨਹੀਂ ਹੈ। ਅਸੀਂ ਐੜਾ ਵਿਕਲਪ ਦੇਖਦੇ ਹਾਂ। ਫੁੱਟਬਾਲ ਬਿਲਕੁਲ ਚੱਕਰ ਦੀ ਆਕ੍ਰਿਤੀ ਵਰਗਾ ਹੈ, ਜਿਸ ਵਿੱਚ ਕਿ ਕੋਈ ਸਿੱਧੀ ਰੇਖਾ ਨਹੀਂ ਹੈ, ਇਹ ਬਿਲਕੁਲ ਗੋਲ ਹੈ, ਇਸ ਲਈ ਐੜਾ ਵਿਕਲਪ ਸਾਡੇ ਉੱਤਰ ਦੇ ਅਨੁਸਾਰ ਬਿਲਕੁਲ ਸਹੀ ਵਿਕਲਪ ਹੈ, ਅਸੀਂ ਐੜੇ 'ਤੇ ਸਹੀ ਦਾ ਨਿਸ਼ਾਨ ਲਗਾ ਦਾਂਗੇ। ਹੁਣ ਅਸੀਂ ਈੜੀ ਵਿਕਲਪ ਦੇਖਦੇ ਹਾਂ। ਬੱਚਿਓ, ਬਲੈਕ ਬੋਰਡ ਬਿਲਕੁਲ ਆਇਤ ਦੀ ਆਕ੍ਰਿਤੀ ਵਰਗਾ ਹੈ, ਇਸ ਦੀਆਂ ਸਾਰੀਆਂ ਭੁਜਾਵਾਂ ਸਿੱਧੀਆਂ ਹਨ, ਇਸ ਲਈ ਈੜੀ ਵਿਕਲਪ ਵੀ ਸਹੀ ਨਹੀਂ ਹੈ। ਸੱਸਾ ਵਿਕਲਪ ਦੇਖਦੇ ਹਾਂ, ਇਹ ਸੰਦੂਕ ਬਿਲਕੁਲ ਤਣਾਅ ਦੀ ਆਕ੍ਰਿਤੀ ਵਰਗਾ ਹੈ, ਇਸ ਵਿੱਚ ਵੀ ਸਿੱਧੀਆਂ ਰੇਖਾਵਾਂ ਹਨ, ਇਸ ਲਈ ਸਾਡੇ ਉੱਤਰ ਦੇ ਮੁਤਾਬਕ ਸੱਸਾ ਵਿਕਲਪ ਸਹੀ ਉੱਤਰ ਨਹੀਂ ਹੈ। ਪ੍ਰਸ਼ਨ, ਇਸ ਆਕ੍ਰਿਤੀ ਵਿੱਚ ਕਿੰਨੀਆਂ ਤਿਰਛੀਆਂ ਰੇਖਾਵਾਂ ਹਨ?
ਆਓ ਦੇਖਦੇ ਹਾਂ ਇਸ ਵਿੱਚ ਕਿੰਨੀਆਂ ਤਿਰਛੀਆਂ ਰੇਖਾਵਾਂ ਹਨ। 1, 2। ਹੁਣ ਹੇਠਾਂ ਦਿੱਤੇ ਵਿਕਲਪਾਂ ਨੂੰ ਦੇਖਦੇ ਹਾਂ। ਊੜਾ ਵਿਕਲਪ 1, ਸਾਡੇ ਉੱਤਰ ਦੇ ਮੁਤਾਬਕ ਇਹ ਵਿਕਲਪ ਸਹੀ ਨਹੀਂ ਹੈ। ਐੜਾ ਵਿਕਲਪ 2, ਸਾਡੇ ਉੱਤਰ ਦੇ ਮੁਤਾਬਕ ਇਹ ਵਿਕਲਪ ਬਿਲਕੁਲ ਸਹੀ ਹੈ, ਇਸ ਲਈ ਅਸੀਂ ਐੜੇ 'ਤੇ ਠੀਕ ਦਾ ਨਿਸ਼ਾਨ ਲਗਾ ਦਾਂਗੇ। ਈੜੀ ਵਿਕਲਪ 3, ਸਾਡੇ ਉੱਤਰ ਦੇ ਮੁਤਾਬਕ ਇਹ ਵਿਕਲਪ ਸਹੀ ਨਹੀਂ ਹੈ। ਸੱਸਾ ਵਿਕਲਪ 4, ਸਾਡੇ ਉੱਤਰ ਦੇ ਮੁਤਾਬਕ ਇਹ ਵਿਕਲਪ ਵੀ ਸਹੀ ਨਹੀਂ ਹੈ। ਘਰ ਦੇ ਕੰਮ ਵਿੱਚ ਤੁਸੀਂ ਇਹਨਾਂ ਸਵਾਲਾਂ ਨੂੰ ਆਪਣੀਆਂ ਕਾਪੀਆਂ 'ਤੇ ਹੱਲ ਕਰਨਾ ਹੈ। ਧੰਨਵਾਦ ਪਿਆਰੇ ਬੱਚਿਓ।